ਇੱਕ ਨੈਸ਼ਨਲ ਪ੍ਰੋਜੈਕਟ ਹੈ ਹਾਈਵੇ ਪ੍ਰੋਜੈਕਟ ਲੈ ਕੇ ਤੁਸੀਂ ਕਿਹਾ ਕਿ ਟੋਲ ਬੰਦ ਕਰਾਂਗੇ, ਉਹਦੇ ਬਾਰੇ ਥੋੜ੍ਹਾ ਦੱਸ ਦਿਓ ਜੀ। ਦੇਖੋ 4 ਦਿਨ ਪਹਿਲਾਂ ਮੀਟਿੰਗ ਹੋਈ ਸੀ ਦੇਸ਼ਾਂ ਦੀ, ਜਿੱਥੇ ਖਾਸ ਤੌਰ 'ਤੇ ਨੈਸ਼ਨਲ ਹਾਈਵੇ ਦੇ ਸਾਰੇ ਆਫਿਸਰ ਸੱਦੇ ਸੀ ਅਤੇ ਸਾਰਾ ਐਡਮਿਨਿਸਟ੍ਰੇਸ਼ਨ ਸੀ ਉੱਥੇ। ਉਹਨਾਂ ਨੂੰ ਵਾਰ ਵਾਰ ਪੁੱਛਣ 'ਤੇ ਵੀ ਤੁਸੀਂ ਬਹੁਤ ਜ਼ਿਆਦਾ ਤਮਾਸ਼ਾ ਬਣਾਇਆ ਹੋਇਆ, ਸਾਰੇ ਪਾਸੇ ਮਾਹੌਲ ਖਰਾਬ ਕੀਤਾ ਹੋਇਆ, ਸ਼ਹਿਰ 'ਚ ਵੜਨ ਲਈ ਕੋਈ ਸੜਕ ਨਹੀਂ ਗੀ, ਜੇ ਅਸੀਂ ਆਉਂਦੇ ਹਾਂ ਤਾਂ ਸਾਨੂੰ ਪਤਾ ਅਪੋਲੋ ਹੋਸਪਿਟਲ ਮੇਰੇ ਕੀ ਆ, ਜੇ ਕੋਈ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਤਾਂ ਉਹਦੇ ਲਈ ਚਾਹੇ ਸ਼ੇਰਪੁਰ ਆ ਚਾਹੇ ਤਾਜਪੁਰ ਆ, ਸਭ ਚੌਂਕਾਂ ਦਾ ਜਿਹੜਾ ਪੁਲਾਂ ਦਾ ਉਸੇ ਤਰੀਕੇ ਨਾਲ ਹਾਲ ਖੜ੍ਹਾ ਹੈ। ਅਤੇ ਉਹਨਾਂ ਨੇ ਕਿਹਾ ਵੀ ਨਹੀਂ, 31 ਮਾਰਚ ਤੱਕ ਸਾਨੂੰ ਟਾਈਮ ਦੇ ਦਿਉ, 31 ਮਾਰਚ ਤੱਕ ਇਹ ਡੈਡਲਾਈਨ ਆ ਵੀ ਅਸੀਂ ਇਹਨਾਂ ਨੂੰ ਪੂਰੇ ਕਰ ਦਾਂਗੇ। ਜੇ 31 ਮਾਰਚ ਤੱਕ ਉਹ ਪੂਰਾ ਨਹੀਂ ਕਰਨਗੇ, ਉਦੋਂ ਬਾਅਦ ਲਾਡੋਵਾਲ ਟੋਲ ਆ ਜਿਹੜਾ ਉਹਨਾਂ ਦਾ ਅਸੀਂ ਬਿਲਕੁਲ ਬੰਦ ਕਰ ਦਾਂਗੇ, ਉਹ ਚੱਲਣ ਨਹੀਂ ਦੇਵਾਂਗੇ। ਬਹੁਤ ਲੁੱਟ ਲਿਆ, ਬਹੁਤ ਕੰਮ ਜਿਹੜਾ ਖਰਾਬ ਕਰ ਲਿਆ, ਪਰ ਅਸੀਂ 31 ਮਾਰਚ ਤੱਕ ਜਿਹੜਾ ਟਾਈਮ ਆ, ਅੱਜ ਦੇਖ ਲਓ 4 ਮਹੀਨੇ ਉਹਨਾਂ ਕੋਲ ਹਜੇ ਵੀ ਹੈਗੇ ਆ ਇਹ ਕੰਮ ਕੰਪਲੀਟ ਕਰਨ ਦਾ। ਇਹ ਹੁਣ ਉਹਨਾਂ 'ਤੇ ਆ, ਉਹਨਾਂ ਨੇ ਆਪ ਸੀਨੀਅਰ ਅਥੋਰਿਟੀ ਚਾਹੇ ਉਹਨਾਂ ਦੇ PD ਨੇ ਚਾਹੇ ਹੋਰ ਨੇ, ਉਹਨਾਂ ਨੇ ਜ਼ਿੰਮੇਵਾਰੀ ਨਾਲ ਇਹ ਕਿਹਾ ਹੈ, ਹਾਊਸ ਦੇ ਵਿੱਚ ਕਿਹਾ ਹੈ ਵੀ ਅਸੀਂ ਇਹ ਪੂਰਾ ਕੰਮ ਕਰ ਦਾਂਗੇ। ਨਹੀਂ, ਉਹ ਆਪਣੀ ਤਿਆਰੀ ਕਰ ਲੈਣ, ਜੇ ਕੰਮ ਨਹੀਂ ਕਰਨਗੇ, ਇਹ ਲੋਕਾਂ ਦਾ ਜਿਹੜਾ ਇਹ ਡਿਵੈਲਪਮੈਂਟ ਦਾ ਕੰਮ ਆ, ਕਿਸੇ ਦਾ ਨਿੱਜੀ ਨਹੀਂ ਹੈਗਾ। ਅਤੇ ਤੁਹਾਨੂੰ ਇੰਨੇ ਲੱਖਾਂ ਕਰੋੜਾਂ ਤੁਸੀਂ ਟੋਲ ਤੋਂ ਬਣਾ ਰਹੇ ਹੋ, ਅਤੇ ਜੇ ਕੰਮ ਨਹੀਂ ਤਾਂ ਤੁਹਾਡਾ ਕਾਹਦੇ ਲਈ ਟੋਲ ਚੱਲਣ ਦੇਵਾਂਗੇ। ਇਸ ਕਰਕੇ ਡੈਡਲਾਈਨ ਦੇਤੀ ਆ, 31 ਮਾਰਚ ਨੂੰ ਕੰਮ ਹੋਏਗਾ ਪੂਰਾ, ਠੀਕ ਆ, ਨਹੀਂ 31 ਮਾਰਚ ਤੋਂ ਆਪਣਾ ਸਮਾਨ ਚੱਕ ਕੇ ਪੂਰਿਓਂ ਬੰਦ ਕਰਕੇ ਲੈ ਜਾਓ। ਲੈ ਕੇ ਪਹਿਲਾਂ ਹੀ ਬੈਠੇ ਸੀ, ਹੁਣ ਵੀ ਬੈਠੂਗੇ ਦਰੀਆਂ, ਉਦੋਂ ਉਹ ਪੁਲ ਬਣਾਤਾ ਸੀ, ਅਤੇ ਇਸ ਕਰਕੇ ਦਰੀ ਤਾਂ ਪੱਕੀ ਹੋ ਗੱਡੀ 'ਚ, ਉਹ ਤਾਂ ਜਿੱਥੇ ਲੱਗਦਾ ਵੀ ਇਹ ਥੋੜ੍ਹਾ ਜਿਹਾ ਸਿੱਧੀ ਉਂਗਲੀ ਨਾਲ ਨਹੀਂ ਕੰਮ ਚੱਲਦਾ ਤਾਂ ਫਿਰ ਟੇਢੀ ਕਰਨੀ, ਪਰ ਇਹ ਬਹਾਨਾ ਨਹੀਂ ਕੋਈ ਚੱਲਣਾ। ਜੇ ਕਹੋ 31 ਮਾਰਚ ਨੂੰ ਕਹਿਣ ਜੀ ਸਾਨੂੰ ਰੇਤਾ ਨਹੀਂ ਇੱਥੇ ਪੰਜਾਬ ਸਰਕਾਰ ਦੇ ਕਰਕੇ ਮਿਲਿਆ, ਇਹ ਗੱਲ ਚੱਲਣੀ ਨਹੀਂ। ਰੇਤਾ ਚਾਹੇ ਲੈ ਕੇ ਆਉਣ ਹਰਿਆਣੇ ਤੋਂ, ਚਾਹੇ ਲੈ ਕੇ ਆਉਣ ਰੇਤਾ ਜੰਮੂ ਕਸ਼ਮੀਰ ਤੋਂ, ਨਾਲ ਲੱਗਦਾ ਹੈ, ਇਹ ਸਾਨੂੰ ਨਹੀਂ ਪਤਾ। ਕੰਮ 31 ਮਾਰਚ ਤੱਕ ਜੇ ਪੂਰਾ ਹੋਊਗਾ ਠੀਕ ਆ, ਨਹੀਂ ਆਪਣਾ ਟੋਲ ਉਹਨਾਂ ਦਾ ਪੱਕਾ ਇੱਥੋਂ ਚੱਕ ਕੇ ਨਿਬੇੜ ਦਾਂਗੇ ਕੰਮ। ਥੈਂਕ ਯੂ।